ਭਾਈ ਅਮਰਿਤਪਾਲ ਸਿੰਘ ਜੀ ਕੋਲ ਪਹੁੰਚ ਗਈ ਇਹ ਛੋਟੀ ਜਹੀ ਬੱਚੀ ਭਾਈ ਸਾਹਿਬ ਦੇ ਕੰਨ ਦੇ ਵਿੱਚ ਆਖ ਦਿੱਤੀ ਅਜਿਹੀ ਗੱਲ ਜਿਸ ਨੂੰ ਸੁਣ ਕੇ ਭਾਈ ਸਾਹਿਬ ਖੁਦ ਵੀ ਰਹਿ ਗਏ ਹੱਕੇ ਬੱਕੇ ਬੱਚੇ ਦੀ ਸੋਚ ਨੂੰ ਕਰਦੇ ਨੇ ਭਾਈ ਅਮਰਿਤਪਾਲ ਜੀ ਵੀ ਸਲੂਟ ਜੀ ਹਾਂ ਪੂਰੀ ਅਪਡੇਟ ਦੇਾਂਗੇ ਪੂਰੀ ਜਾਣਕਾਰੀ ਦੇਾਂਗੇ ਕਿ ਆਖਿਰ ਬੱਚੀ ਨੇ ਭਾਈ ਅਮਰਿਤਪਾਲ ਸਿੰਘ ਜੀ ਦੇ ਕੰਨ ਦੇ ਵਿੱਚ ਅਜਿਹੀ ਕਿਹੜੀ ਗੱਲ ਆਖ ਦਿੱਤੀ ਜਿਸ ਨੂੰ ਸੁਣ ਕੇ ਭਾਈ ਅਮਰਿਤਪਾਲ ਜੀ ਖੁਸ਼ ਬਹੁਤ ਹੁੰਦੇ ਨੇ ਤੇ ਹੈਰਾਨ ਵੀ ਬਹੁਤ ਜ਼ਿਆਦਾ ਹੁੰਦੇ ਨੇ ਕਿ ਛੋਟੇ ਜਿਹੇ ਬੱਚੀ ਦੀ ਸੋਚ ਨੂੰ ਸੋਲਵਡ ਕਰਨ ਲੱਗਦੇ ਨੇ ਤਾਂ ਪੂਰੀ ਅਪਡੇਟ ਦੇਾਂਗੇ ਪੂਰੀ ਜਾਣਕਾਰੀ ਦੇਾਂਗੇ ਵੀਡੀਓ ਦੇ ਮਾਧਿਅਮ ਦਰਾਈ ਸੋ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣਾ ਦੱਸਦੇ ਆ ਕਿ ਇੱਕ ਛੋਟੇ ਜਿਹੇ ਬੱਚੀ ਭਾਈ ਅਮਰਿਤਪਾਲ ਸਿੰਘ ਜੀ ਦੇ ਕੋਲ ਪਹੁੰਚਦੀ ਹੈ ਤੇ ਭਾਈ ਅਮਰਿਤਪਾਲ ਸਿੰਘ ਜੀ ਨੂੰ ਕਹਿੰਦੀ ਹੈ ਬਾਬਾ ਮੇਰੇ ਨਾਲ ਚੱਲ ਮੇਰਾ ਨਾਨਾ दारू ਬਹੁਤ ਪਿੰਦਾ ਹੈ ਉਸ ਨੂੰ ਜਾ ਕੇ ਸਮਝਾ ਜੀਵੇ ਕਿ ਤੁਸੀਂ ਜਾਣਦੇ ਹੋ ਕਿ ਭਾਈ ਅਮਰਿਤਪਾਲ ਸਿੰਘ ਜੀ ਦੇ ਵੱਲੋਂ ਇੱਕ ਖਾਲਸਾ ਵਹੀਰ ਦੀ ਵੀ ਯੋਜਨਾ ਕੀਤੀ ਗਈ ਸੀ ਜਿਸ ਦਾ ਵਿੱਚ ਹਰ ਇੱਕ ਵਿਅਕਤੀ ਨੂੰ ਪੰਜਾਬ ਦੇ ਵਿੱਚ ਹਰ ਇੱਕ ਵਿਅਕਤੀ ਨੂੰ ਖੰਡੇ ਬਾਟੇ ਦਾ ਅਮਰ ਸ਼ਕਨ ਦੀ ਜਿਹੜੀ ਹੈ ਗੁਜ਼ਾਰਿਸ਼ ਕੀਤੀ ਗਈ ਸੀ ਇਸ ਵਹੀਰ ਦੇ ਜਿਹ ਵਹੀਰ ਦੇ ਵਿੱਚ ਤੇ ਲੋਕਾਂ ਨੂੰ ਕਿਹਾ ਗਿਆ ਸੀ ਕਿ ਨਸ਼ਾ ਬਹੁਤ ਬੁਰੀ ਚੀਜ਼ ਹੈ ਸੋ ਨਸ਼ੇ ਤੋਂ ਦੂਰ ਰਹਿਿਆ ਕਰੋ। ਇਹ ਹੀ ਸਾਰਾ ਕੁਝ ਦੇਖਦੇ ਹੋਏ ਇੱਕ ਛੋਟੀ ਜਹੀ ਬੱਚੀ ਆਪਣੀ ਛੋਟੀ ਜਹੀ ਫਰਿਆਦ ਲੈ ਕੇ ਭਾਈ ਅਮਰਿਤਪਾਲ ਸਿੰਘ ਜੀ ਕੋਲ ਪਹੁੰਚਦੀ ਆਏ ਤੇ ਜਾ ਕੇ ਕਹਿੰਦੀ ਹੈ ਕਿ ਬਾਬਾ ਮੇਰੇ ਨਾਲ ਚੱਲ ਮੇਰਾ ਨਾਨਾ ਬਹੁਤ ਅੰਗ ਕਰਦਾ ਹੈ ਬਹੁਤ दारू ਪਿੰਦਾ ਹੈ। ਤਾਂ ਇਸੇ ਗੱਲ ਨੂੰ ਦੇਖਦੇ ਹੋਏ ਭਾਈ ਅਮਰਿਤਪਾਲ ਸਿੰਘ ਜੀ ਬਹੁਤ ਖੁਸ਼ ਵੀ ਹੁੰਦੇ ਨੇ ਤੇ ਬੱਚੀ ਦੀ ਮਾਸੂਮੀਅਤ ਦੇਖ ਕੇ ਭਾਈ ਅਮਰਿਤਪਾਲ ਸਿੰਘ ਜੀ ਖੁਸ਼ ਵੀ ਹੁੰਦੇ ਨੇ ਪਰ ਬੱਚੀ ਦੀ ਸੋਝ ਨੇ ਤਾਂ ਭਾਈ ਸਾਹਿਬ ਦਾ ਮਨ ਹੀ ਮੋਲਿਆ ਭਾਈ ਸਾਹਿਬ ਉਸ ਦੇ ਘਰ ਦੇ ਵਿੱਚ ਜਾਂਦੇ ਨੇ ਬੱਚੀ ਦੇ ਉਂਗਲ ਤੋਂ ਫੜ ਕੇ ਭਾਈ ਸਾਹਿਬ ਦੇ ਉਂਗਲ ਤੋਂ ਫੜ ਕੇ ਉਹ ਬੱਚੀ ਪਹਿਲਾਂ ਤਾਂ ਆ ਕੇ ਗੱਲ ਦੱਸਦੀ ਹੈ ਬਾਅਦ ਦੇ ਵਿੱਚ ਭਾਈ ਸਾਹਿਬ ਦੀ ਉਂਗਲ ਫੜ ਕੇ ਉਹਨਾਂ ਨੂੰ ਘਰ ਦੇ ਵਿੱਚ ਲੈ ਜਾਂਦੀ ਹੈ ਤੇ ਜਿਹੜੀ ਦੋਤੇ ਦੇ ਵੱਲੋਂ ਨਾਲੇ ਦੀ ਸ਼ਿਕਾਇਤ ਸੁਣ ਕੇ ਭਾਈ ਸਾਹਿਬ ਬਹੁਤ ਹੈਰਾਨ ਵੀ ਹੁੰਦੇ ਨੇ ਤੇ ਬਹੁਤ ਖੁਸ਼ ਵੀ ਹੁੰਦੇ ਨੇ ਕਿ ਅੱਜ ਕੱਲ ਦੇ ਛੋਟੇ ਛੋਟੇ ਬੱਚੇ ਕਿੰਨੇ ਜਾਗਰੂਕ ਨੇ ਬੁਰੀਆਂ ਚੀਜ਼ਾਂ ਨੂੰ ਲੈ ਕੇ ਸੋ ਅਸੀਂ ਦੇਖਦੇ ਆ ਕਿ ਭਾਈ ਸਾਬ ਦੇ ਵੱਲੋਂ ਲਗਾਤਾਰ ਕਿਹਾ ਜਾਂਦਾ ਹੈ ਕਿ ਨਸ਼ਾ ਬਹੁਤ ਬੁਰੀ ਚੀਜ਼ ਹੈ ਨਸ਼ੇ ਨੂੰ ਤਿਆਗ ਦਿੱਤਾ ਜਾਵੇ ਤੇ ਭਾਈ ਅਮਰਿਤਪਾਲ ਸਿੰਘ ਜੀ ਜਾਂਦੇ ਨੇ ਕਿ ਪੁਰਾਣੇ ਸਮਾਜ ਪੁਰਾਣੇ ਪੰਜਾਬ ਦੀ ਸਿਰਜਣਾ ਹੋਏ ਲੋਕ ਇਕੱਠੇ ਰਲ ਮਿਲ ਕੇ ਰਹਿਣ ਤੇ ਪਿਆਰ ਸਹਿਤ ਰਹਿਣ ਕੋਈ ਵੀ ਬੁਰਾਈ ਨਾ ਹੋਏ ਸਮਾਜ ਦੇ ਵਿੱਚ ਸੋ ਇਸੇ ਮੁਹੀਮ ਨੂੰ ਦੇਖਦੇ ਹੋਏ ਬੱਚੀ ਛੋਟੇ ਜਿਹੇ ਫਰਿਆਦ ਲੈ ਕੇ ਜਾਂਦੀ ਹੈ ਭਾਈ ਸਾਹਿਬ ਬਹੁਤ ਖੁਸ਼ ਹੁੰਦੇ ਨੇ ਕਿ ਛੋਟੇ ਜਿਹੇ ਬੱਚੇ ਕਿੰਨੇ ਜਾਗਰੂਕ ਨੇ ਤਾਂ ਬੱਚੀ ਨੇ ਹਰ ਇੱਕ ਦਾ ਮਨ ਮੋਲ ਹੈ ਵੀਡੀਓ ਕੱਲ ਦੀ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋਈ ਸੀ ਵੀਡੀਓ ਨੇ ਸਾਡਾ ਵੀ ਮਨ ਮੋਹ ਲਿਆ ਇੱਕ ਵਾਰ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਤੁਹਾਨੂੰ ਇਹ ਵੀਡੀਓ ਕਿਹੋ ਜਿਹੀ ਲੱਗੀ ਬੱਚੇ ਦੀ ਸੋਚ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਉਹ ਵੀ ਤੁਸੀਂ ਜ਼ਰੂਰ ਸਾਂਝਾ ਕਰਿਓ